ਫਿਲਹਾਲ ਵੇਖ ਲੈ, ਤੈਨੂੰ ਮੈਂ ਕਿਹਾ ਸੀ ਮੈਨੂੰ ਸੂਟ ਲੈ ਦੇ ਤੇ ਤੂੰ ਇੱਥੇ ਸੂਟ ਵੀ ਨੀ ਲੈ ਕੇ ਦਿੱਤਾ ਆਪਣੀ ਬੇਗਮ ਨੂੰ, ਤੂੰ ਮੈਨੂੰ ਪਤਾ ਲੱਗਾ ਕਿ 4 ਸੂਟ ਲੈ ਕੇ ਦਿੱਤੇ ਨੇ, ਕਹਿੰਦੇ ਸਾ ਕਹਿੰਦੇ ਸਾ ਬਸ ਮੈਨੂੰ ਕਹਿੰਦੇ ਸਭ ਕਹਿੰਦੇ ਸਾ ਇਹਦਾ ਕਿਆ ਰਿਆ ਕਰ, ਪਰੇਸ਼ਾਨ ਨਾ ਤੈ ਕਰ, ਚਲੋ ਉਹਦੇ 4 ਲੈ ਸੀ, ਕਮ ਸੇ ਕਮ ਮੇਰੇ ਤੇ 2 ਸੂਟ ਲੈ ਲੈਂਦਾ ਨਾ ਨਾਲ, ਤੂੰ ਇੱਕ ਵੀ ਨਹੀਂ ਲੈ ਦਿੱਤਾ, ਮੈਂ ਕੋਈ ਨਹੀਂ ਬੋਲਣਾ ਤੇਰੇ ਨਾਲ, ਅੱਛਾ ਸੂਟ ਤਾਂ ਫਿਰ ਲੈ ਦੇਗਾ ਤੇ ਮੇਰਾ ਨਾ ਮੱਛੀ ਖਾਣ ਨੂੰ ਬੜਾ ਦਿਲ ਕਰਦਾ, ਮੱਛੀ ਤੇ ਲੈ ਕੇ ਆ ਕਿਸੇ ਵੇਲੇ ਪਕਾਣ ਵਾਸਤੇ, ਚਲੋ ਕਾ ਕਹਿੰਦਾ ਸਾਨੂੰ ਪਰ ਮੱਛੀ ਜਾ ਕਵੇ ਲੈ ਕੋ ਘਰ, ਤੈਨੂੰ ਪਤਾ ਤਾਂ ਹੈ ਕਸਤੂਰੀ ਜੀ ਦਾ ਬਿਮਾਰੀ ਪੈਣਾ, ਭੁੱਖਾ ਨੰਗਾ ਜਿਹਾ ਕੁਛ ਵੀ ਲੈ ਕੇ ਆਂਦਾ ਘਰ ਪਕਾਣ ਵਾਸਤੇ, ਹਾਂ ਤੇ ਹੁਣ ਮੈਂ ਚੱਲਣੀ ਆ ਤੇ ਉਹ ਐਵੇਂ ਕੋਈ ਪੁਆੜਾ ਪਾ ਦੇਗਾ ਨਵਾਂ ਹੀ, ਹੁਣੇ ਤਾਂ ਆਈਏ ਕੋ ਬਹਿ ਕੇ ਗਾਲ ਇਹਦਾ ਕਰੂ ਪਿਆਰ ਦੀ, ਟੁੱਟ ਪੈਣੇ ਆ ਤੂੰ ਪਿਆਰ ਦੀਆਂ ਗੱਲਾਂ ਕਰਦਾ ਰਹੇ, ਜੇ ਕਸਤੂਰੀ ਆ ਗਿਆ ਨਾ ਤੁਹਾਨੂੰ ਲੱਤਾਂ ਹੀ ਭੰਨ ਦੇਣੀਆਂ ਨੇ, ਵਿੱਚੇ ਤੇਰੀਆਂ ਤੇ ਵਿੱਚੇ ਮੇਰੀਆਂ, ਮੈਂ ਚੱਲਣੀ ਐਵੇਂ ਕੋਈ ਮੈਂ ਕਹਿੰਦੀ ਫਸਾਦ ਨਾ ਖੜਾ ਹੋ ਜਾਵੇ, ਫਿਰ ਮਿਲਣ ਆਵਾਂਗੀ ਤੈਨੂੰ, ਸੱਚੀ ਵੈਸੇ ਉਹਦੇ ਕੋਲ ਮੈਂ ਡਰਦਾ ਤਾਂ ਨਹੀਂ, ਤੂੰ ਆ ਜਿੰਦਾ ਕੋਈ ਨਹੀਂ ਕਹਿ ਰਿਹਾ, ਕੱਲ ਵਾਲ ਮੱਛੀ ਕਹਿੰਦਾ ਤਾਂ ਦੇ, ਘਰ ਮੱਛੀ ਵੀ ਕਹਿੰਦਾ ਆ ਸੱਜਣਾ, ਕੋਈ ਕੱਲ ਆ ਗਿਆ ਮੀ, ਹਾਲੇ ਤੱਕ ਆਏ ਕਹਿ ਨਹੀਂ, ਅੱਛਾ ਇੰਤਜ਼ਾਰ ਕਰੇ ਨਾ ਆਵੇ ਸੀ ਕਿਰਾਉ, ਅਸਲਾਮ ਅਲੈਕੁਮ, ਹਾਂ ਮੈਂ ਆ ਗਈ, ਇੱਥੇ ਥੱਲੇ ਬੈਠਣਾ ਸੱਜਣਾ, ਤੁਸੀਂ ਉੱਤੇ ਬੈ ਵਜੋ, ਇਹ ਕੋਈ ਗੱਲ ਹੈ, ਤੈਨੂੰ ਪਤਾ ਤੇਰੀ ਖਾਤਰ ਮੈਂ ਕੰਧ ਰੱਖ ਕੇ ਆਈ ਹਾਂ ਘਰੋਂ, ਤੈਨੂੰ ਪਤਾ ਨਾ ਥੱਲੇ ਘਰ ਦੀ ਪਿਛਲੀ ਕੰਧ ਜਿਹੜੀ ਨਾ ਸਾਡੀ ਟੁੱਟੀ ਹੋਈ ਉੱਥੋਂ ਆਈ ਹਾਂ ਮੈਂ, ਇਹ ਕੋ ਤਾਂ ਦਿਲ ਲੱਗਿਆ ਆ ਦੇਣ, ਅਜੇ 10 ਮਿੰਟ ਵਾਸਤੇ ਮੱਛੀ ਲੈ ਆਏ, ਹਾਂ ਮੱਛੀ ਤਾਂ ਲੈ ਆਏ, ਆਹੀ ਗੱਲਾਂ ਨਾ ਤੇਰੀਆਂ ਜਿਹੜੀਆਂ ਮੈਨੂੰ ਤੇ ਨਾ ਰੁੱਸਣ ਨਹੀਂ ਦਿੰਦੀਆਂ, ਦੇਖ ਨਾ ਮੈਨੂੰ ਅੱਛਾ ਨਹੀਂ ਲੱਗਦਾ ਤੂੰ ਥੱਲੇ ਬੈਠਾ, ਨਹੀਂ ਨਹੀਂ ਮੈਂ ਇੱਥੇ ਠੀਕ ਹਾਂ ਕੋਈ ਮਸਲਾ ਨਹੀਂ, ਸੱਚੀ ਤੂੰ ਸੱਚੀ ਮੱਛੀ ਮੈਨੂੰ ਇੰਨਾ ਪਿਆਰ ਕਰਦਾ, ਦੱਸ ਗੱਲ, ਅੱਛਾ ਗੱਲ ਸੁਣ ਮੇਰੀ, ਅੱਜ ਨਾ ਕੀ ਕਹਿੰਦੇ ਮੈਂ ਕਮੇਟੀ ਭਰਨੀ ਹੈ ਤੇ ਕਮੇਟੀ ਦੀ ਆਖਰੀ ਡੇਟ ਹੈ ਤੇ ਮੈਨੂੰ ਨਹੀਂ ਪਤਾ ਅੱਜ ਮੈਨੂੰ ਨਾ 1000 ਰੁਪਇਆ ਦੇ, ਮੈਂ 1000 ਰੁਪਇਆ ਲੈ ਕੇ ਜਾਣਾ ਅੱਜ ਤੇਰੇ ਕੋਲੋਂ, ਕੀ ਗੱਲ ਹੈ, ਇਹ ਕੋਈ ਗੱਲ ਹੈ, ਪੈਸੇ ਬੜੇ ਇਹ ਕੋ ਪੈਸੇ ਨਾਲ ਤੋਲ ਲਿਆ, ਹਾਂ ਇਹ ਕੋ ਗੱਲ ਹੈ, ਓ ਹਜ਼ਾਰ ਹੁਣ ਨਾ ਮਜ਼ਾਕ ਕਮੇਟੀ ਪਾ ਦਾਂਗੇ, ਐਡੀ ਜ਼ਬਾਨਾਂ ਮਾਰਨ ਦੇ ਇੱਕ ਕਮੇਟੀ ਆ ਦੇ, ਕਮਾਲ ਕਰੇ ਨਹੀਂ ਤੂੰ ਸਾਡੇ ਜੀਨੇ ਤੇ ਕੋ ਜ਼ਬਾਨਾਂ ਮਾਰੇ, ਜਿਹੜਾ ਤੇਰੀ ਬੇਇੱਜ਼ਤੀ ਕਰੇ ਹੁੰਦੀ ਐਸੀ ਦੀ ਤੈਸੀ ਨਾ ਕਰ ਦੇਵਾਂ ਮੈਂ, ਸੱਚੀ ਹਾਂ ਇੰਨੀ ਗੈਰਤ ਮੇਰਾ ਘਰ ਵਾਲਾ ਨਹੀਂ ਕਰਦਾ, ਉਹ ਚੁੱਪ ਕਰਕੇ ਮੂੰਹ ਬਣ ਕੇ ਬੈਠਾ ਰਹਿੰਦਾ ਜਦੋਂ ਕੋਈ ਆ ਕੇ ਮੈਨੂੰ ਗੱਲਾਂ ਸੁਣਾਉਂਦਾ, ਦੇਖੋ ਪਹਿਲੇ ਪਤਾ ਆਉਂਦਾ ਨਾ ਮੈਂ ਸ਼ਾਦੀ ਤੇਰੇ ਨਾਲ ਕਰ ਗਈ ਨਾ ਉਹਦੇ ਕੋਲ ਪਹਿਲੇ, ਉਹ ਤਾਂ ਹੈ ਲੂ ਸੀ ਜਿਵੇਂ ਦੇਖ ਲੂ ਸਕ ਮਰੇ ਦਾ ਵਾਦਾ ਆਉਂਦੇ, ਪਤਾ ਨਹੀਂ ਕਿਆ ਦੇਖ ਕੇ ਸ਼ਾਦੀ ਕੀਤੀ ਉਹਦੇ ਨਾਲ, ਬਸ ਉਹ ਤਾਂ ਮੇਰੇ ਮਾੜੇ ਨਸੀਬ ਜੋ ਮੇਰੇ ਮਾਂ ਪਿਓ ਨੂੰ ਉਹ ਪਸੰਦ ਆ ਗਿਆ, ਅੱਲਾ ਜਾਣੇ ਉਹਨਾਂ ਨੇ ਕੀ ਵੇਖਿਆ, ਤੈਨੂੰ ਪਤਾ ਫਿਰ ਧੀਆਂ ਨੂੰ ਤੇ ਮਾਂ ਪਿਓ ਦੀ ਲੱਜ ਪਾਲਣੀ ਪੈਂਦੀ ਹੈ ਨਾ, ਚੱਲ ਠੀਕ ਹੈ ਹੁਣ ਦੇਰ ਹੋ ਰਹੀ ਹੈ ਹੁਣ ਮੈਂ ਚੱਲਦੀ ਹਾਂ, ਹੁਣੇ ਤਾਂ ਆਈ ਹੈ ਦੋ ਚਾਰ ਗੱਲ ਇਹਦਾ ਕਰਿਆ ਪਿਆਰ ਦੀ, ਪਿਆਰ ਦੀਆਂ ਗੱਲਾਂ ਫੇਰ ਕਰਾਂਗੇ, ਹੁਣ ਮੈਂ ਚੱਲਨੀ ਆ, ਕਸਤੂਰੀ ਘਰ ਆ ਗਿਆ ਉਹਨੇ ਨਾ ਵੇਖਿਆ ਨਾ ਮੈਨੂੰ ਘਰ ਤੇ ਉਹਨੇ ਵੇਖ ਕੇ ਕਿਹੜਾ ਬਵਾਲ ਖੜਾ ਕਰ ਦੇਣਾ, ਹੁਣ ਮੈਂ ਚੱਲਨੀ ਆ ਤੇ ਫੇਰ ਆ ਕੇ ਪਿਆਰ ਦੀਆਂ ਗੱਲਾਂ ਕਰਾਂਗੀ, ਮੈਂ ਕੱਲ ਆਵਾਂਗੀ, ਠੀਕ ਹੈ, ਹੇ ਠੀਕ ਹੈ ਵਾਂਚ ਸਕਦੇ ਹੋ ਸਹੀ, ਕਮਲੇ ਨਾਲ ਅੱਖੀਆਂ ਖਾਨ ਤਖਾਨ ਆਉਂਦਨ
ਉੱਚੀਆਂ ਦੁਕਾਨਾਂ ਦੇ ਫਿੱਕੇ ਪਕਵਾਨ ਆਉਂਦੇ ਪਾਣੀ ਵਿੱਚ ਸੱਟ ਕਾਨਾ ਕਾਨੇ ਤਰ ਵੰਜਣੇ ਉੱਚਿਆਂ ਦੇ ਸੰਗ ਲਾ ਕੇ ਅਸਾਂ ਰੋ ਰੋ ਮਰ ਵੰਜਣੇ ਕਮਲੀ ਨਾ ਲਾਖੀਆਂ ਅੱਜ ਵੇਨਾ ਦਿਲਬਰ ਕੋਲ ਗੋਸ਼ਤ ਕੀਤੀ ਵੇਨਾ ਮੱਛੀ ਵੀ ਕੀਤੀ ਵੇਨਾ ਅੱਜ ਇਕੱਠੇ ਬਹਿ ਕੇ ਖਾਸੂ ਕਸਤੂਰੀ ਘਰ ਹੋ ਸੀ ਕਹਿਣਾ ਜਸ਼ਨ ਮਨੇਸੂ ਅੱਜ ਜਸ਼ਨ ਠੀਕ ਹੈ ਗੋਸ਼ਤ ਪਕਾਉਣਾ ਤੂੰ ਤਾਂ ਪੈਸੇ ਦਿੰਦਾ ਜਾ ਅੱਗੇ ਮੈਂ ਨਹੀਂ ਲਾਉਣਾ ਆਈ ਖੜੀ ਹੈ ਬਾਤ ਪਾੜ ਕੇ ਆਦੀ ਖੜੀ ਹੈ ਆ ਕੇ ਜਣਾ ਗੋਸ਼ਤ ਪਕਾਉਣਾ ਤੇ ਪੈਸੇ ਦਿੰਦਾ ਜਾ ਅੱਗੇ ਕਹਿ ਨਹੀਂ ਪੱਕਾ ਵੀ ਆਉਂਦਾ ਅੱਗੇ ਮੈਂ ਚੋਕੇ ਪੈਸੇ ਦੇਵੇ ਨਾ ਤੂੰ ਗੋਸ਼ਤ ਪਕਾ ਰੱਖ ਦੇ ਮੈਂ ਉੱਪਰ ਆ ਪਹਿਲੇ ਤਾਂ ਗੋਸ਼ਤ ਮੈਂ ਗੇਨ ਕੇ ਦੇਵੇ ਨਾ ਹਲੇ ਮੈਂ ਕੋਈ ਰਾਤ ਵੇ ਚਾਦਰ ਚੋਂ ਖੱਤੀ ਗਣੀ ਸੇ ਤੇ ਕਿਨੇ ਮੇਰੀ ਪਈ ਹੈ ਕਿੱਥੇ ਜਾ ਰਹੀ ਹੈ ਇੱਥੇ ਘਰ ਹੈ ਥੀਆਂ ਚਾਦਰ ਮੇਰੀ ਤੇ ਕੀ ਤਫਾਨ ਆ ਗਿਆ ਜੇ ਤੇ ਵੱਟਾ ਲੋ ਤਾਂ ਤੈਨੂੰ ਤਕਲੀਫ ਹੈ ਨਾ ਲੋ ਤਾਂ ਤੈਨੂੰ ਤਕਲੀਫ ਹੈ ਔਰ ਮੇਰੀ ਗਾਲ ਤਾਂ ਬਹੁਤ ਟਾਟਾਰੀ ਨਾ ਕੀਤੀ ਕਰ ਇਹ ਛਿਪੜਾ ਕਿਨੇ ਗਈ ਹੈ ਤੇਰਾ ਛਿਪੜਾ ਨਹੀਂ ਕਰ ਸਕਦੀ ਤੂੰ ਤੇ ਛਿਪੜਾ ਤੂੰ ਨਾਲੇ ਗੱਲ ਚ ਪਾਇਆ ਤੋ ਇਹ ਹਲੇ ਮੇਰੀ ਦੇਰ ਹੈ ਮੈਂ ਇਹ ਗੱਦੇ ਸਾਂ ਇਹ ਕੱਢ ਕੇ ਇਹਦਾ ਮੈਂ ਨੱਕ ਬੰਨ ਕਰ ਸਾਂ ਚਵਲੀ ਨਾ ਹੋਵੇ ਤਾਂ ਬੇਵਕੂ ਪਤਾ ਨਹੀਂ ਕਿਤੂ ਆਵੇਂਦੀ ਹੈ ਟਰ ਟਰ ਕਰੇਂਦੀ ਹੈ ਇਹ ਨਹੀਂ ਮੈਂ ਅਕਲ ਨਾਲ ਜ਼ਰਾ ਸੋਚ ਕੇ ਮਾਈ ਕੇ ਛਿਪਾ ਕਰ ਗਿਨਾ ਇਹ ਕਾ ਚਾਦਰ ਸੇ ਤੇ ਕਰ ਗੱਲ ਘਟਣ ਵਾਲ ਤੇ ਹੁੰਦੀ ਹੈ ਐਲੇ ਮੈਂ ਤਾਂ ਗੁਰਾਸ ਮੈਂ ਵੇਂਦਾ ਪਿਆ ਸ਼ਾਮ ਗੋਸ਼ਤ ਪੱਕਾ ਪਿਆ ਹੋਵੇ ਜਾ ਜਾ ਦੇਖ ਮਗਰੂ ਲੈ ਇਹ ਚਬਲ ਜੀ ਇੱਥੇ ਕਿਵੇਂ ਖੜੇ ਦੀ ਆ ਬੜਾ ਕਾਟਨ ਦਾ ਸੂਟ ਸੂਟ ਲਾਲ ਹੂ ਕੇ ਤੇ ਬੜਾ ਸਾਜ ਬਣ ਕੇ ਸਮਾਨ ਸਮੂਨ ਹੱਥੇ ਕੇ ਦੇਦੀ ਖੜੀ ਹੈ ਚੱਲ ਚੱਲ ਅੰਦਰ ਚੱਲ 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 ਸ਼ਾਬਾਸ਼ ਆ ਗਈ ਹੈ ਨਾ ਅਨਾਲੇ ਮੇ ਪੇ ਦਾਸ ਆਇਓ ਤੂੰ ਇੱਥੇ ਕੀ ਕਰਾਣਾ ਹੈ ਮੈਂ ਘਰ ਵੇਦਾ ਪਿਆ ਨਾਲ ਤੇ ਘਰ ਵੀ ਹੈ ਤੁਹਾਰਾ ਉੱਡੇ ਉਪਾ ਤੇ ਵੰਜੋ ਸ਼ਾਬਾਸ਼ ਆਪ ਘਰ ਦੇ ਵੰਜੋ ਇਹ ਤਾਂ ਸਾਡਾ ਗੁਆ ਹੈ ਗਰਮੀ ਹੈ ਨਾ ਤੇ ਲੱਗੀ ਤੇ ਮੈਂ ਪਾਣੀ ਪੀ ਗਿਨਾ ਨਹੀਂ ਮੈਂ ਕੋਈ ਦਾਸ ਤੇ ਕੁਬੂਆ ਹੀ ਲੱਭੇ ਪਾਣੀ ਵਾਤੇ ਉਹ ਸਾਹ ਮੇਰੇ ਇੱਕ 3600 ਦਰਵਾਜ਼ੇ ਉਹਨਾਂ ਜੁ ਕਹਿੰਦਾ ਨੇ ਖੜਕਾ ਸਕਾ ਉਹ ਨਾਲੇ ਉੱਥੇ ਟੂਵੈਲ ਚੱਲਦੀ ਪਈ ਏ ਓਏ ਉੱਥੇ ਮਾਰ ਦੇ ਵਾਂ ਕੇ ਪਾਣੀ ਪੀ ਦੇ ਟੂਬੀਆਂ ਹੀ ਖਾ ਐਦਾਂ ਮੈਂ ਓਏ ਮੈਂ ਸੋਚੇ ਤੁਹਾਰੇ ਘਰ ਛੱਡਾ ਪਾਣੀ ਹੋ ਸੀ ਆਇਓ ਮੈਂ ਕੋਈ ਦਾਸ ਤੂੰ ਤਾਂ ਇਹ ਆਦਾ ਗੜੇ ਜਿਵੇਂ ਤੂੰ ਆਪ ਹੱਥਾਂ ਨਾਲ ਫਰਿੱਜ ਘੇਨ ਕੇ ਰੱਖ ਗਿਓ ਮੈਂ ਨਾਲੇ ਫਰਿੱਜ ਗੀਦੇ ਤਾਂ ਸਾਪਿਆਂ ਵਾਸਤੇ ਗੀਦੇ ਬੇ ਸਾਫ ਠੱਡਾ ਪਾਣੀ ਕਰਕੇ ਪੀ ਤੂੰ ਅਸਾਂ ਤਾਂ ਇੱਕ ਵਾਰੀ ਨਹੀਂ ਪੀਤਾ ਓਏ ਅੱਛਾ ਮੈਂ ਨਾਰਾਜ਼ ਨਾ ਥੀ ਮੈਂ ਗੁੱਟੂਲ ਤੋਂ ਪਾਣੀ ਪੀ ਕੇ ਠੀਕ ਹੈ ਠੀਕ ਹੈ ਸ਼ਾਬਾਸ਼ ਸ਼ਾਬਾਸ਼ ਮੇਰੇ ਨਜ਼ਰ ਆਓ ਨਾਲੇ ਬਈ ਜਿਹੜੇ ਕੋ ਦੇਖੋ ਮੂੰਹ ਚਾ ਕੇ ਫਾਇਦੇ ਨਾ ਦੇ ਅਗਦੇ ਪਾਣੀ ਦੇ ਰੋ ਚੱਲ ਯਾਰ ਇਹਨੇ ਸਾਜਦ ਖਾਨ ਕੋਲ ਉਹਨੇ ਸਦਾਈ ਤੇ ਰਾਲ ਕੇ ਵਾਂ ਕੇ ਕਬੂਤਰ ਉਡੇ ਨੇ ਬੇਵਕੂਫ ਜਿਆ ਪਤਾ ਨਹੀਂ ਕਿੱਥੋਂ ਆ ਗਈ ਹੈ ਯਾਰ ਇਹ ਤਾਂ ਗੇ ਚੱਲਾ ਕਸਤੂਰੀ ਹੁਣ ਜੁਲ ਕੇ ਆਪਣੇ ਸੱਜਣ ਕੋ ਮਿਲਦੇ ਆ ਨੱਕੋ ਤੂੰ ਆ ਗਿਆ ਆ ਗਿਆ ਚਲਾ ਜਾ ਅੱਛਾ ਤੂੰ ਨੈਟ ਨਜ਼ਰ ਕੱਪੜੇ ਚੇਂਜ ਕਰ ਆ ਕਾਰਾ ਕਾਰਾ ਕੱਪੜੇ ਚੇਂਜ ਕਰ ਆ ਪਤਾ ਕਿਹੜੇ ਵੇਲੇ ਆ ਸੀ ਗੋਸ਼ਤ ਪੱਕੇ ਸੀ ਰਲੇ ਬਹਿ ਕੇ ਖਾਸੂ ਕਸਤੂਰੀ ਤੰਗੀ ਆ ਅੱਜ ਤੇ ਘਰ ਹੀ ਆ ਗਿਆ ਸਿੱਧਾ ਅੱਛਾ ਖੜਾ ਰਹਿ
ਹੈ ਲੱਗਦੇ ਮੁਰਗਾ ਫਸ ਗਈਏ ਉਖੜੇ ਦੀ ਸਾਹਮਣੇ ਖੰਜੀਰ ਕੋਈ ਨੀ ਪੋਤਰ ਮੇਰੇ ਨਾਲ ਕਸਤੂਰੀ ਨੀ ਅਗਰ ਮੈਂ ਤੇਰੀ ਆਸ਼ਕਾਂ ਪੂਰੀਆਂ ਕਰਾਈਆਂ ਨਾ ਤਾਂ ਕਮਾਲ ਕਰੇ ਚਵਲੀਆਂ ਮੈਂ ਆਖਾਂ ਬਈ ਇੱਥੇ ਆ ਕੇ ਕਿਉਂ ਖੜਦੇ ਚੱਲ ਕਸਤੂਰੀ ਕਰ ਆਪਣੀ ਪੂਰੀ ਤੇ ਗਾਇਬ ਥੀ ਹੈ ਵੱਡਾ ਖਾਂਦੇ ਜਿਹੜੇ ਮੱਛੀਆਂ ਤੇ ਦੇਖ ਮਿਠਾਈਆਂ ਕਿਹਦੀ ਵਧੇ ਬੇਵਕੂਫ ਜੇ ਮੈਂ ਤੈਨੂੰ ਖਵਾ ਕੇ ਨਾ ਤੂੰ ਕਰ ਗਏ ਇਸ਼ਕ ਪਿੱਟੀ ਆ ਮੈਂ ਦੇਖਾਂ ਤੇ ਕੂਬੇ ਤੂੰ ਕਿਵੇਂ ਇਸ਼ਕ ਕਰੇ ਬੇਵਕੂਫ ਆ ਗਰਮੀ ਡਾਢੀ ਬੜੀ ਦੇਰ ਥੀ ਗਈ ਇਸ਼ਕ ਕਿਤੇ ਗਰਮੀ ਤਖਣਾ ਪੋ ਸੀ ਹਰ ਸ਼ੈ ਬਰਦਾਸ਼ਤ ਕਰਨੀ ਪੋ ਸੀ ਕੋਈ ਨੀ ਖੈਰ ਸੱਜਣ ਕਿੱਡੇ ਰੁਲ ਗਏ ਕਾਫੀ ਦੇਰ ਥੀ ਗਈ ਅੰਦਰ ਬਣ ਕੇ ਦੇਖਣਾ ਚਾਹੀਦੇ ਹੈ ਇਹ ਤੇ ਦੋਹਾਂ ਕਮਰੇ ਕੋ ਤਾਲ ਹੈ ਬੇਪਰਵਾਹ ਚੰਗਾ ਕਿਸੇ ਜੀ ਗਰਮੀ ਚ ਮੋਏ ਖੱਲੇ ਕਾ ਦੇ ਰਹੇ